ਹੈਲੋ ਗਾਈਸ, ਕੀ ਹਾਲ ਚਾਲ, ਵੈਲਕਮ ਟੂ ਵਾਰਰ ਰਾਜ। ਅੱਜ ਤੁਹਾਨੂੰ ਮਿਸਟਰ ਫਿਜ਼ਬੀ ਕਿੰਗ ਦੇ ਨਾਲ ਬੁਲਾਵਾਂਗੇ। ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ 50 ਲੱਖ ਲੋਕਾਂ ਨੇ ਉਹਨਾਂ ਦੀ ਵੀਡੀਓ ਵੇਖੀ ਸੀ, ਅਤੇ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਇਹਨਾਂ ਦੀ ਇੰਟਰਵਿਊ ਹੋ ਨਹੀਂ ਪਾਈ। ਅਤੇ ਅੱਜ ਸਾਨੂੰ ਦੁਬਾਰਾ ਮਿਸਟਰ ਫਿਜ਼ਬੀ ਕਿੰਗ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਅਤੇ ਅੱਜ ਉਹਨਾਂ ਦਾ ਤੁਹਾਨੂੰ ਪ੍ਰੋਪਰ ਵਲੋਗ ਬਣਾ ਕੇ ਦੇਵਾਂਗਾ। ਅਤੇ ਜੇ ਤੁਹਾਨੂੰ ਵਧੀਆ ਵਲੋਗ ਲੱਗੇ ਤਾਂ ਪਲੀਜ਼ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ। ਬਹੁਤ ਗੱਲਾਂ ਕਰਾਂਗੇ, ਬਹੁਤ ਸਾਰੀਆਂ ਗੱਲਾਂ ਵਾ, ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਕਿਸ ਤਰ੍ਹਾਂ ਗੇਮ ਦੀ ਸ਼ੁਰੂਆਤ ਕੀਤੀ ਸੀ, ਅਤੇ ਹੋਰ ਬਹੁਤ ਸਾਰੀਆਂ ਗੱਲਾਂ ਹੈ। ਜਾਇਓ ਨਾ ਕਿਤੇ, ਨਾਲ ਜੁੜੇ ਰਹੋ। ਸ਼ੁਰੂ ਕਰਦੇ ਹੈ। ਭਾਜੀ, ਕੀ ਹਾਲ ਚਾਲ? ਵਧੀਆ ਭਾਜੀ, ਤੁਸੀਂ ਸੁਣਾਓ? ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਭਾਜੀ, ਬੜੀ ਦੇਰ ਬਾਅਦ ਮਿਲੇ ਅਸੀਂ। ਹਾਂਜੀ, ਅਤੇ ਭਾਜੀ ਮੇਰੇ ਵਿਊਅਰਸ ਦੇ ਨਾ ਕੁਛ ਕੁਐਸਚਨ ਹੈਗੇ ਸੀ, ਅਤੇ ਉਹ ਕਹਿੰਦੇ ਪਏ ਸੀ ਕਿ ਭਾਈ ਨੂੰ ਜਦੋਂ ਮਿਲਾਂ ਨਾ, ਹਾਂਜੀ, ਉਹਨਾਂ ਨੂੰ ਕੁਐਸਚਨ ਪੁੱਟ ਕਰਿਓ ਕਿ ਭਾਈ ਤੁਸੀਂ ਗੇਮ ਦੀ ਸ਼ੁਰੂਆਤ ਕਦੋਂ ਕੀਤੀ ਅਤੇ ਤੁਹਾਨੂੰ ਕਿਸ ਤਰ੍ਹਾਂ ਸ਼ੌਂਕ ਪਿਆ। ਠੀਕ ਹੈ ਭਾਈ, ਗੇਮ ਦਾ ਸ਼ੌਂਕ ਮੈਨੂੰ 5 ਤੋਂ 6 ਸਾਲ ਹੋ ਗਏ। 5 ਤੋਂ 6 ਸਾਲ ਪਹਿਲਾਂ ਸ਼ੌਂਕ ਪਿਆ ਸੀ ਗੇਮ ਦਾ। ਅੱਛਾ, ਅਤੇ ਖੇਡੀ ਮੈਨੂੰ ਵੇਖਦੇ ਸੀ, ਮੈਂ ਡਿਸਕ ਖੇਡਦਾ ਸੀ। ਅੱਛਾ ਜੀ। ਅਤੇ ਡਿਸਕ ਪਹਿਲਾਂ ਦੋਸਤਾਂ ਨਾਲ ਖੇਡਦਾ ਸੀ, ਆਮਣੇ ਸਾਹਮਣੇ। ਹਾਂਜੀ। ਅਤੇ ਫਿਰ ਮੈਂ ਇੱਕ ਦਿਨ ਡਿਸਕ ਸੁੱਟੀ ਅਤੇ ਉਹ ਤਾਂ ਚਲੇ ਗਈ, ਵਾਪਸ ਨਹੀਂ ਆਈ। ਵਾਪਸ ਨਹੀਂ ਸ਼ੁਰੂਆਤ ਚ ਇਦਾਂ ਹੋਇਆ ਬਹੁਤ ਵਾਰੀ ਲੋਕੀ ਕਹਿੰਦੇ ਨੇ ਇਹ ਕੀ ਚੀਜ਼ ਆ ਗਈ ਆਇਆ। ਤੇ ਪ੍ਰੈਕਟਿਸ ਕਰੀ ਗਿਆ, ਹੁਣ ਮੈਂ ਕੋਠੇ ਦੇ ਉੱਤੋਂ ਸੁੱਟਾਂ ਤੇ ਕੋਠੇ ਦੇ ਵਾਪਸ ਆਏ। ਮਤਲਬ ਕਿ ਜਦੋਂ ਤੁਸੀਂ ਕੋਠੇ ਸੁੱਟਦੇ ਹੋਗੇ, ਕਿੰਨੇ ਘਰ ਪਾਰ ਜਾ ਕੇ ਵਾਪਸ ਆਉਂਦੀ ਆ? ਅਗਰ ਮੈਂ ਸਾਹਮਣੇ ਸੁੱਟਾਂ ਤੇ 3 ਤੋਂ 4 ਘਰ ਕ੍ਰੋਸ ਕਰਕੇ ਫਿਰ ਵਾਪਸ ਆ ਜਾਂਦੀ ਹੈ। ਕੀ ਬਾਤ ਹੈ ਭਾਜੀ, ਬਹੁਤ ਦੂਰ ਤੱਕ ਸੁੱਟਾਂ। ਮੈਂ ਤੁਹਾਡੀ ਵੀਡੀਓ ਵੇਖੀ ਸੀ, ਬੜੀ ਵਾਇਰਲ ਹੋਈ ਸੀ। ਹਾਂਜੀ, ਜਿਹਦੇ ਵਿੱਚ 4.8 ਮਿਲੀਅਨ ਵਿਊਜ਼ ਹੋਏ। ਤੁਸੀਂ ਜਿਸ ਤਰ੍ਹਾਂ ਥਰੋ ਸੁੱਟੀ ਨਾ, ਮੈਂ ਸੋਚਿਆ ਕਿ ਵਾਪਸ ਲਿਆਣੀ, ਉਹ ਭਾਜੀ ਵਾਪਸ ਆ ਗਈ, ਮੈਂ ਤਾਂ ਹੈਰਾਨ ਹੋ ਗਿਆ। ਲੋਕੀ ਵੀ ਤੁਹਾਨੂੂੰ ਕੁਐਸਚਨ ਪੁੱਟਦੇ ਹੋਣਗੇ, ਭਾਈ ਕਿਸ ਤਰ੍ਹਾਂ ਤੁਸੀਂ ਸੁੱਟਦੇ ਜੇ? ਲੋਕ ਕਈ ਵਾਰੀ ਰਸਤੇ ਮਿਲ ਜਾਂਦੇ, ਖਿਲਾਰ ਲੈਂਦੇ ਕਿ ਭਾਈ ਉਹ ਵਾਪਸ ਕਿਵੇਂ ਆਈ ਆ। ਲੋਕੀ ਯਕੀਨ ਨਹੀਂ ਕਰਦੇ, ਕਹਿੰਦੇ ਐਡੀਟਿੰਗ ਕੀਤੀ ਹੋਈ ਹੈ। ਹਾਂਜੀ, ਮੇਰੇ ਨਾ ਮੈਂ ਨਾ ਤੁਹਾਡੀ ਵੀਡੀਓ ਵਿਖਾਈ ਆਪਣੇ ਫਰੈਂਡ ਨੂੰ। ਹਾਂਜੀ, ਕਹਿੰਦੇ ਭਾਜੀ ਕਿਤਰਾਂ ਸੁੱਟਦੇ ਤੇ ਕਿਤਰਾਂ ਵਾਪਸ ਆ ਜਾਂਦੀ, ਕਹਿੰਦੇ ਐਡੀਟਿੰਗ ਕਰਦੇ। ਮੈਂ ਕਿਹਾ ਭਾਜੀ ਨਹੀਂ ਐਡੀਟਿੰਗ, ਮੈਂ ਤਾਂ ਉਹਨਾਂ ਨਾਲ ਮਿਲ ਕੇ ਖੁਦ ਆਇਆ, ਨਾ ਉਹਨਾਂ ਨਾਲ ਗੇਮ ਲਾਈ ਆ, ਅਤੇ ਬਹੁਤ ਵਧੀਆ ਤਰੀਕੇ ਨਾਲ ਸੁੱਟਦੇ ਆ। ਇਹਨਾਂ ਨੇ ਮੈਨੂੰ ਕੁਛ ਆਪਣੇ ਟ੍ਰਿਕ ਵੀ ਦੱਸੇ ਆ, ਅਤੇ ਮੈਂ ਇਹਨਾਂ ਨਾਲ ਗੇਮ ਲਾਉਂਦਾ ਵਾ, ਅਤੇ ਮੈਨੂੰ ਹੁਣ ਕਾਫੀ ਨੌਲੇਜ ਆ ਗਈ ਹੈ ਗੇਮ ਬਾਰੇ। ਅਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਖੇਡਦੇ ਤਾਂ ਹੈਗੇ ਹਾਂ, ਪਰ ਹੁਣ ਅੱਗੇ ਤੋਂ ਵੀ ਨਾਲ ਭਾਈ ਦੇ ਖੇਡਿਆ ਕਰਨਾ ਵਾ ਆਪਣੀ ਫਿਟਨੈਸ ਵਾਸਤੇ। ਅਤੇ ਅਸੀਂ ਹਰ ਵਾਰੀ ਕੋਈ ਨਵੇਂ ਟ੍ਰਿਕ ਸ਼ੋਟ ਲੈ ਕੇ ਆਇਆ ਕਰਾਂਗੇ, ਅਤੇ ਤੁਹਾਨੂੰ ਐਂਟਰਟੇਨ ਕਰਦੇ ਰਿਹਾ ਕਰਾਂਗੇ ਕੁਝ ਤੁਹਾਨੂੰ ਨਵਾਂ ਸਿਖਾਉਣ ਵਾਸਤੇ। ਸਾਡੀ ਪ੍ਰੈਕਟਿਸ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਨੂੰ ਹਰ ਵਾਰੀ ਕੋਈ ਨਵੀਂ ਚੀਜ਼, ਨਵੀਂ ਕਲਾ ਸਿਖਾਈ ਜਾਵੇ। ਬਿਲਕੁਲ ਭਾਜੀ, ਇਹਦੇ ਵਾਸਤੇ ਕੋਈ ਸਪੈਸ਼ਲ ਡਾਇਟ ਖਾਣੀ ਪੈਂਦੀ ਹੈ ਜੇ ਸਭ? ਭਾਈ ਡਾਇਟ ਤਾਂ ਨੋਰਮਲ ਹੀ ਹੈ, ਬਾਕੀ ਗੱਲ ਆਉਂਦੀ ਆ ਇੱਕ ਸਟੈਮਿਨਾ ਦੀ, ਠੀਕ ਹੈ, ਫਿਟਨੈਸ ਇੱਕ ਅਲੱਗ ਚੀਜ਼ ਆਉਂਦੀ ਆ। ਦੂਸਰੀ ਗੱਲ, ਸਾਨੂੰ ਇਹ ਟੈਕਟ ਆ ਗਿਆ ਮੈਨੂੰ ਕਿ ਕਿਸ ਐਂਗਲ 'ਤੇ ਸੁੱਟਣੇ, ਕਿਸ ਐਂਗਲ 'ਤੇ ਵਾਪਸ ਆਉਣੀ ਆ, ਹਵਾ ਕਿਸ ਡਾਇਰੈਕਸ਼ਨ 'ਚ ਆ, ਆਪਾਂ ਕਿਸ ਸਾਈਡ ਸੁੱਟਣੀ ਆ। ਕਿਉਂਕਿ ਅਗਰ ਮੇਰੇ ਨਾਲ 10 ਮੁੰਡੇ ਖੇਡ ਰਹੇ ਆ, ਅਤੇ ਮੈਂ ਡਿਸਕ ਸੁੱਟਾਂਗਾ, ਅਤੇ 10 ਦੇ 10 ਵਿੱਚੋਂ ਮੈਂ ਹੀ ਕੈਚ ਕਰਾਂਗਾ। ਭਾਜੀ ਮੈਂ ਉਹੀ ਕਹਿੰਦਾ ਪਈ ਨਾ, ਮੈਂ ਤੁਹਾਡੀ ਮੈਂ ਵੀਡੀਓ ਵੇਖੀ ਸੀ,
ਉਹਦੇ ਵਿੱਚ ਤੁਸੀਂ ਡਿਸਕ ਛੋੜਦੇ ਹੋ ਤੇ ਇੱਕਦਮ ਮਤਲਬ ਕਿ ਫਾਸਟ ਭੱਜ ਕੇ ਜਾਂਦੇ ਹੋ ਤੇ ਡਿਸਕ ਫੜ ਕੇ ਆ ਜਾਂਦੇ ਹੋ। ਇਹ ਇੱਕ ਕੌਨਫੀਡੈਂਸ ਹੈਗਾ, ਇੱਕ ਮਨ ਚ ਹੰਕਾਰ ਨਹੀਂ ਹੈਗਾ ਮੇਰੇ, ਇੱਕ ਕੌਨਫੀਡੈਂਸ ਹੈਗਾ। ਜਿਸ ਹਿਸਾਬ ਨਾਲ ਤੁਹਾਡਾ ਵਧੀਆ ਸਰੀਰ ਹੈਗਾ ਵਾ, ਥੋੜਾ ਭਾਰਾ ਸਰੀਰ ਆ, ਹਾਂਜੀ ਭਾਰਾ ਸਰੀਰ, ਰਨਿੰਗ ਵੀ ਕੋਈ ਕੋਈ ਇਸ ਸਰੀਰ ਨਾਲ ਕਰ ਸਕਦਾ, ਬਾਕੀ ਤੁਹਾਡੀ ਬਹੁਤ ਵਧੀਆ ਫਿਟਨੈਸ ਰੱਖੀ ਤੁਸੀਂ, ਇਸ ਕਰਕੇ ਵਧੀਆ ਫਿਟਨੈਸ ਤੁਸੀਂ ਰੱਖੀ ਆ, ਤਾਂ ਫਿਟਨੈਸ ਨੂੰ ਨੈਕਸਟ ਲੈਵਲ ਤੱਕ ਲੈ ਕੇ ਜਾਓ ਤੇ ਆਪਣੀ ਪਲੀਜ਼ ਕੁਛ ਸਾਨੂੰ ਟਿਪ ਦੱਸੋ ਤੁਹਾਡੇ ਵਿਊਅਰਸ ਵਾਸਤੇ ਕਿਸਾ ਤੁਸੀਂ। ਦੇਖੋ ਇਹ ਟਿਪ ਪਹਿਲੇ ਨੰਬਰ 'ਤੇ ਇਹ ਆਉਂਦੀ ਹੈ ਕਿ ਮੈਨੂੰ ਪੂਰਾ ਕੌਨਫੀਡੈਂਸ ਹੁੰਦਾ ਹੈ ਕਿ ਮੈਂ ਚੀਜ਼ ਸੁੱਟੀ ਹੈ ਅਤੇ ਵਾਪਸ ਆਉਣੀ ਆਉਣੀ ਉਸੇ ਜਗ੍ਹਾ 'ਤੇ, ਪਹਿਲਾਂ ਇਹ ਟਿਪ। ਦੂਸਰੀ ਗੱਲ ਆਉਂਦੀ ਹੈ ਪ੍ਰੈਕਟਿਸ, ਕਿਉਂਕਿ ਮੈਨੂੰ ਸਿਖਾਉਣ ਵਾਲਾ ਕੋਈ ਨਹੀਂ ਹੈਗਾ ਅਤੇ ਮੈਂ ਵੀਡੀਓਜ਼ ਵੇਖ ਕੇ ਸਿੱਖਦਾ ਹਾਂ। ਇੱਕ ਵੀਡੀਓ ਵੇਖੀ ਯੂਟਿਊਬ 'ਤੇ, ਅੱਛਾ, ਅਤੇ ਉਹ ਬਾਹਰ ਦੀ ਵੀਡੀਓ ਸੀ, ਅਮੈਰੀਕਾ ਦੀ, ਓਕੇ ਓਕੇ, ਅਤੇ ਉਸ ਤੋਂ ਸ਼ੌਂਕ ਪੈ ਗਿਆ ਅਤੇ ਮੈਂ ਦੇਖਿਆ ਕਿ ਕਿਵੇਂ ਵਾਪਿਸ ਸੁੱਟਦੇ ਆ, ਕਿਵੇਂ ਆਉਂਦੀ ਹੈ। ਜੀ ਜੀ, ਠੀਕ ਹੈ। ਅਤੇ ਇੱਕ ਗੱਲ ਹੋਰ ਆ, ਮੈਂ ਵੇਖਦਾ ਸੀ ਕਿ ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਇਕੱਲੇ ਖੇਡ ਸਕਦੇ ਹੋ, ਹਾਂ ਹਾਂ, ਆਪੇ ਸੁੱਟਣੀ, ਆਪੇ ਕੈਚ ਕਰਨੀ, ਆਪੇ ਕੈਚ ਕਰਨੀ, ਠੀਕ ਹੈ, ਬਿਲਕੁਲ, ਨਾਲ ਦੂਸਰੇ ਪਲੇਅਰ ਦੀ ਜ਼ਰੂਰਤ ਨਹੀਂ ਪੈਂਦੀ, ਦੂਸਰੇ ਪਲੇਅਰ ਦੀ ਜ਼ਰੂਰਤ ਨਹੀਂ ਪੈਂਦੀ। ਅਤੇ ਤੀਸਰੀ ਗੱਲ ਹੈਗੀ ਹੈ ਕਿ ਜਦੋਂ ਆਪਾਂ ਖੇਡਦੇ ਹਾਂ ਤੇ ਇਹਦਾ ਐਂਗਲ ਸੈੱਟ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਸ ਐਂਗਲ 'ਤੇ ਸੁੱਟਣੀ ਹੈ, ਕਿਸ ਐਂਗਲ 'ਤੇ ਵਾਪਿਸ ਆਉਣੀ ਹੈ। ਭਾਈ ਤੁਹਾਡੇ ਅਸੀਂ ਨਾ ਜ਼ਰੂਰ ਸ਼ੋਟਸ ਵੇਖਾਂਗੇ, ਹਾਂਜੀ, ਅਤੇ ਸਾਨੂੰ ਜ਼ਰੂਰ ਦੱਸਿਓ ਅਤੇ ਕਿਸ ਤਰ੍ਹਾਂ ਛੋੜਦੇ ਆ, ਅਤੇ ਮੈਂ ਤੁਹਾਡੇ ਉਹ ਟ੍ਰਿਕਸ ਅਤੇ ਸ਼ੋਟਸ ਮੈਂ ਜ਼ਰੂਰ ਆਪਣੇ ਚੈਨਲ 'ਤੇ ਅਪਲੋਡ ਕਰਾਂਗਾ, ਠੀਕ ਹੈ, ਠੀਕ ਹੈ, ਠੀਕ ਹੈ। ਭਾਈ ਮੈਂ ਤਾਂ ਕੋਈ ਵੀਡੀਓ ਵੇਖੀ ਸੀ ਤੁਸੀਂ, ਮਤਲਬ ਕਿ ਇੱਥੋਂ ਡਿਸਕ ਛੋੜਦੇ ਹੋ ਜਾ ਕੇ ਸਾਹਮਣੇ, ਉਹ ਵੇਖੋ ਵਿਊਰਸ, ਉਹ ਜਾ ਕੇ ਸਾਹਮਣੇ ਉਹ ਦੂਰ ਜਾ ਕੇ ਨਾ ਪਿੱਲਰ 'ਤੇ ਜਾ ਕੇ ਨਿਸ਼ਾਨਾ ਲਾਉਂਦੇ ਭਾਅ ਜੀ, ਹਾਂਜੀ, ਅਤੇ ਇਹ ਭਾਅ ਜੀ ਕਿਸ ਤਰ੍ਹਾਂ ਕਰ ਲੈਂਦੇ ਤੁਸੀਂ? ਦੇਖੋ ਜੀ, ਇਹ ਇੱਕ ਪ੍ਰੈਕਟਿਸ ਆ ਜਾਂਦੀ ਹੈ ਇੱਕ, ਕਿ ਆਪਾਂ ਕਿਵੇਂ ਸੁੱਟਣੇ ਆ, ਕਿੰਨੀ ਕੁ ਸਪੀਡ 'ਚ ਸੁੱਟਣੀ ਹੈ, ਉਹ ਨਿਸ਼ਾਨਾ ਉਹਨੂੰ ਲੱਗ ਜਾਵੇ, ਠੀਕ ਹੈ। ਇਹ ਜ਼ਰੂਰੀ ਨਹੀਂ ਕਿ ਮੈਂ 10 ਵਾਰੀ ਸੁੱਟਾਂਗਾ 10 ਵਾਰੀ ਲੱਗੇਗੀ, 10ਾਂ ਦੇ ਵਿੱਚੋਂ 3 ਜਾਂ 4 ਵਾਰ ਲੱਗੇਗੀ, ਪਰ ਲੱਗੇਗੀ ਜ਼ਰੂਰ। ਭਾਈ ਮੈਂ ਤੁਹਾਡਾ ਉਸ ਦਿਨ ਵੇਖਦਾ ਪਿਆ ਸੀ ਵੀਡੀਓ, ਤੁਸੀਂ ਮਤਲਬ ਕਿ 2 ਨਿਸ਼ਾਨੇ ਲਏ, ਦੋਨੇ ਲੱਗ ਗਏ। ਕਈ ਵਾਰੀ ਲੱਕ ਵੀ ਸਾਥ ਦੇ ਦਿੰਦਾ ਹੈ, ਪਰ ਪ੍ਰੈਕਟਿਸ ਵੀ ਬਹੁਤ ਵੱਡੀ ਚੀਜ਼ ਹੈਗੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਤੁਸੀਂ ਇਸ ਗੱਲ ਸੁਣੀ ਹੈ ਜੀ, ਬਿਲਕੁਲ, ਹਾਂਜੀ। ਤੇ ਭਾਈ ਤੁਸੀਂ ਇਸ ਤੋਂ ਇਲਾਵਾ ਵੀ ਹੋਰ ਕੋਈ ਮਤਲਬ ਕਿ ਗੇਮ ਕਰਦੇ ਹੋ ਕਿ ਮਤਲਬ ਕਿ ਸਿਰਫ ਆਹੀ ਗੇਮ ਰੱਖੀ ਹੈ? ਗੇਮ ਭਾਈ ਸ਼ੌਂਕ ਇੱਕ ਬੰਨੇ ਰੱਖਿਆ ਹੋਇਆ ਨਾ, ਮੈਂ ਥੋੜ੍ਹਾ ਤੁਹਾਡੇ ਆਪਣਾ ਗੁੱਡੀਆਂ ਪੁੜੀਆਂ ਡਾਂਦੇ ਜੀ, ਪਤੰਗਾ ਪਤੰਗਾ ਵੇਚੇ ਲਾਉਂਦੇ ਜਾ ਕੇ ਭਾਈ, ਕਾਫੀ ਮੁਹੱਲੇ ਸੁਣਿਆ ਹੋਇਆ ਮੇਰਾ ਨਾਂ, ਪਤੰਗਾ ਕਾਫੀ ਉਡਾਉਂਦੇ ਰਹੇ ਹਾਂ। ਅਤੇ ਚਲੋ ਉਹ ਗੱਲ ਆਪਣੀ, ਚਲੋ ਤੁਸੀਂ ਜਾ ਰਿਹਾ, ਚਲੋ ਮਜ਼ਾਕ, ਹਾਂਜੀ, ਬਾਕੀ ਬਹੁਤ ਵਧੀਆ ਤੁਸੀਂ ਗੇਮ ਰੱਖੀ ਆ। ਗੱਲ ਤੁਹਾਡੀ, ਇੱਕ ਵੀਡੀਓ 50 ਲੱਖ ਵਿਊਜ਼ ਕ੍ਰੋਸ ਕਰਨ ਜਾ ਰਹੀ ਹੈ, ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ, ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ? ਬਹੁਤ ਵਧੀਆ ਲੱਗਦਾ ਭਾਅ ਜੀ, ਅਤੇ ਸਭ ਤੋਂ ਵੱਡੀ ਗੱਲ ਆਪਣੀ ਇੱਕ ਅਲੱਗ ਪਹਿਚਾਣ ਬਣ ਜਾਂਦੀ ਹੈ, ਠੀਕ ਹੈ ਭਾਈ, ਹੁਣ ਤਾਂ ਤੁਹਾਨੂੰ ਸਾਰੇ ਲੋਕ ਪਛਾਣਦੇ ਭਾਅ ਜੀ, ਤਕਰੀਬਨ ਅੰਮ੍ਰਿਤਸਰ ਦੇ ਸਾਰੇ, ਹਾਂਜੀ ਹਾਂਜੀ, ਅਤੇ ਬਹੁਤ ਚੰਗਾ ਲੱਗਦਾ ਵਾ। ਕਈ ਵਾਰੀ ਲੋਕ ਰਸਤੇ 'ਚ ਵੀ ਮਿਲਦੇ ਨੇ, ਮੇਰੇ ਨਾਲ ਫੋਟੋ ਖਿਚਾਉਂਦੇ ਆ, ਹਾਂਜੀ ਹਾਂਜੀ, ਠੀਕ ਹੈ ਜੀ। ਤੇ ਮੈਂ ਵੀ ਭਾਈ ਤੁਹਾਨੂੰ ਇਸ ਤਰ੍ਹਾਂ ਹੀ ਮਿਲਿਆ ਵਾ, ਭਾਜੀ ਵੀ ਇਸ ਤਰ੍ਹਾਂ ਹੀ ਮਿਲਿਆ ਵੀਡੀਓ ਥਰੂ ਹੀ, ਤੇ ਬਹੁਤ ਚੰਗਾ ਲੱਗਦਾ। ਕਈ ਲੋਕ ਬਹੁਤ ਇੱਜ਼ਤ ਮਾਨ ਦਿੰਦੇ ਨੇ, ਠੀਕ ਆ ਜੀ, ਤੇ ਆਪਣੀ ਚਲੋ ਇੱਕ ਅਲੱਗ ਪਹਿਚਾਣ ਬਣ ਜਾਂਦੀ ਆ, ਬਹੁਤ ਚੰਗਾ ਲੱਗਦਾ ਜੀ। ਭਾਜੀ ਬਹੁਤ ਵਧੀਆ ਲੱਗਿਆ ਤੁਹਾਡਾ ਮਿਲ ਕੇ, ਤੇ ਕੋਸ਼ਿਸ਼ ਕਰਦੇ ਰਹੋ, ਤੁਸੀਂ ਸਾਨੂੰ ਮੌਕਾ ਦਿੰਦੇ ਰਹੋ ਵੀਡੀਓ ਬਣਾਉਣ ਦਾ, ਜ਼ਰੂਰ ਜ਼ਰੂਰ, ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹਾਡੇ ਨਾਲ ਜ਼ਰੂਰ ਜੁੜੇ ਰਹੀਏ, ਹਾਂਜੀ, ਤੇ ਕੁਛ ਨਾ ਕੁਛ ਤੁਹਾਡੇ ਕੋਲ ਸਿੱਖਣ ਦਾ ਮੌਕਾ ਮਿਲੇਗਾ, ਤੇ ਲੋਕਾਂ ਨੂੰ ਵੀ ਤੁਸੀਂ, ਬੱਚਿਆਂ ਨੂੰ ਵੀ ਸੇਧ ਦਿਓ ਕਿ ਕਿਸ ਤਰ੍ਹਾਂ ਤੁਸੀਂ ਗੇਮ ਨਾਲ ਜੁੜੋ, ਹਾਂਜੀ, ਤੇ ਗੇਮ ਖੇਡੋ। ਤੇ ਤੁਹਾਡੇ ਮੈਂ ਕੁਛ ਸ਼ੋਰਟਸ ਲਿੱਤੇ ਸੀ, ਤੇ ਉਦੋਂ ਮੌਸਮ ਖਰਾਬ ਹੋਣ ਦੀ ਵਜ੍ਹਾ ਦੇ ਕਰਕੇ ਮੈਂ ਪ੍ਰੋਪਰ ਵਲੋਗ ਉਸ ਸਮੇਂ ਬਣਾ ਨਹੀਂ ਪਾਇਆ, ਕਿਉਂਕਿ ਤੁਸੀਂ ਮੇਰਾ ਪਿੱਛੇ ਵਲੋਗ ਵੇਖਿਆ ਹੈਗਾ, ਜਿਹਦੇ ਵਿੱਚ ਭਾਈ ਨਾਲ ਮੈਂ 2 ਮਿੰਟ ਦੀ ਇੱਕ ਵੀਡੀਓ ਛੋਟੀ ਜਿਹੀ ਵੀਡੀਓ ਸ਼ੂਟ ਕੀਤੀ ਸੀ, ਕਿਉਂਕਿ ਉਸ ਸਮੇਂ ਬਾਅਦ ਜੇ ਮੌਸਮ ਖਰਾਬ ਹੋ ਗਿਆ ਸੀ। ਇਹਨਾਂ ਦੀ ਮੈਂ ਸ਼ੋਰਟਸ ਦੀ ਜਿਹੜੀ ਮੈਂ ਵੀਡੀਓ ਮੈਂ ਇਸ ਵਲੋਗ ਦੇ ਵਿੱਚ ਹੁਣ ਐਡ ਕਰ ਦਾਂਗਾ, ਅਤੇ ਤੁਸੀਂ ਪੂਰਾ ਵਲੋਗ ਵੇਖਿਓ ਜੇ ਤੁਹਾਨੂੰ ਉਹ ਵਲੋਗ ਵਧੀਆ ਲੱਗੇ। ਅਤੇ ਭਾਈ ਜੀ 2 ਇੰਸਟਾਗ੍ਰਾਮ ਆਈਡੀਜ਼ ਹੈਗੀਆਂ ਵਾ, ਅਤੇ ਫ੍ਰਿਸਬੀ ਕਿੰਗਸ ਦੇ ਨਾਂ 'ਤੇ, ਉਹਨਾਂ ਨੂੰ ਜਾ ਕੇ ਜ਼ਰੂਰ ਫੋਲੋ ਕਰ ਲਿਓ, ਅਤੇ ਮੇਰੇ ਪੇਜ ਨੂੰ ਵੀ ਫੋਲੋ ਕਰ ਲਿਓ, ਅਤੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ। ਓਏ ਹੋਏ ਹੋਏ, ਕੈਚ ਕਰ ਲਏ, ਕੀ ਬਾਤ ਹੈ, ਸਟਾਰਟ।
ਕਿਆ ਬਾਤ ਹੈ, 100 ਕੈਚ, ਕਿਆ ਬਾਤ ਹੈ ਦਾਦੀ। ਸਟਾਰਟ, ਲੈਗ ਸ਼ੋਟ ਵੇਖੋ ਜੀ, ਕਿਆ ਬਾਤ ਹੈ, ਲੈਗ ਸ਼ੋਟ ਤੇ ਬਹੁਤ ਵਧੀਆ ਸੀ। ਆਫ ਸ਼ੋਟ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੀ, ਹੁਣ ਆਫ ਸ਼ੋਟ ਵੇਖੋ, ਕਿਆ ਬਾਤ ਹੈ, ਆਫ ਸ਼ੋਟ, ਕਿਆ ਨਾਈਸ ਨਾਈਸ ਭਾਜੀ ਨਾਈਸ, ਬਹੁਤ ਵਧੀਆ। ਹੁਣ ਤੁਹਾਨੂੰ ਅਸੀਂ ਡਬਲ ਟ੍ਰਿਕ ਸ਼ੋਟ ਵਿਖਾਉਣ ਜਾ ਰਹੇ ਹਾਂ ਅਤੇ ਵੇਖੋ, ਇਹ ਹੁਣ ਦੋਨੇ ਕੈਚ ਕਰਨਗੇ, ਕਿਆ ਬਾਤ ਹੈ, ਉਹ ਵੈਰੀ ਗੁੱਡ ਯਾਰ, ਵੈਰੀ ਗੁੱਡ, ਵੈਰੀ ਗੁੱਡ। ਹੁਣ ਤੁਹਾਨੂੰ ਅਸੀਂ ਬਾਊਂਸ ਸ਼ੋਟ ਵਿਖਾਉਣ ਜਾ ਰਹੇ ਹਾਂ, ਬਾਊਂਸ ਕਿਸ ਤਰ੍ਹਾਂ ਹੁੰਦਾ ਦੇਖੋ, ਓਏ ਹੋਏ ਹੋਏ ਹੋਏ,